ਲੰਘੇ ਕੱਲ੍ਹ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਪਾਰਟੀ ਛੱਡ ਗਏ, ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਔਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਉਸ ਤੋਂ ਬਾਅਦ ਇਹੀ ਚਰਚਾਵਾਂ ਚੱਲਦੀਆਂ ਪਈਆਂ ਕਿ ਕਾਰਨ ਕੀ ਬਣਿਆ, ਆਖਿਰਕਾਰ ਡਾਕਟਰ ਸੁੱਖੀ ਨੂੰ ਪ੍ਰੋਬਲਮ ਕੀ ਹੋਈ ਅਕਾਲੀ ਦਲ ਦੇ ਵਿੱਚ, ਸਿਟਿੰਗ MLA ਆਪਣੀ ਕੁਰਸੀ ਛੱਡ ਕੇ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ, ਆਖਿਰਕਾਰ ਆਪਣੀ ਹੀ ਕੁਰਸੀ ਨੂੰ ਲੱਤ ਕਿਉਂ ਮਾਰ ਦਿੱਤੀ ਉਹਨਾਂ ਨੇ। ਪਰ ਇਹਦਾ ਜਵਾਬ ਹੋਰ ਕੋਈ ਨਹੀਂ ਪਰ ਚਰਨਜੀਤ ਬਰਾੜ ਬੜੇ ਬਿਹਤਰ ਤਰੀਕੇ ਨਾਲ ਜਾਣਦੇ ਨੇ। ਸਭ ਤੋਂ ਪਹਿਲਾਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਚਰਨਜੀਤ ਬਰਾੜ ਨੇ ਕੁਝ ਟਿੱਪਣੀਆਂ ਅਕਾਲੀ ਦਲ 'ਤੇ ਕੀਤੀਆਂ ਨੇ। ਦੱਸ ਦਈਏ ਚਰਨਜੀਤ ਬਰਾੜ ਸੁਖਬੀਰ ਸਿੰਘ ਬਾਦਲ ਦੇ ਰਾਈਟ ਹੈਂਡ ਮੰਨੇ ਜਾਂਦੇ ਰਹੇ ਨੇ, ਉਹਨਾਂ ਦੇ ਨਿੱਜੀ ਸਿਆਸੀ ਸਲਾਹਕਾਰ ਰਹੇ ਨੇ ਔਰ ਚਰਨਜੀਤ ਬਰਾੜ ਜਿਹੜੇ ਨੇ ਉਹ ਸੀਨੀਅਰ ਲੀਡਰਸ਼ਿਪ ਦੇ ਨਾਲ ਨਾਲ ਵੀ ਵਿਚਰਦੇ ਰਹੇ ਨੇ, ਯਾਨੀ ਕਿ ਇੱਕ ਵੱਡੇ ਲੀਡਰ ਆਪਣੇ ਆਪ ਦੇ ਵਿੱਚ ਕਹੇ ਜਾ ਸਕਦੇ ਨੇ। ਉਹ ਚਰਨਜੀਤ ਬਰਾੜ ਹੁਣ ਬਾਗੀਆਂ ਦਾ ਹਿੱਸਾ ਬਣੇ ਹੋਏ ਨੇ, ਬਾਗੀ ਧੜੇ ਦੇ ਵਿੱਚ ਇੱਕ ਵੱਡੇ ਲੀਡਰ ਨੇ ਔਰ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਤੋਂ ਅਸਤੀਫਾ ਚਾਹੁੰਦੇ ਨੇ। ਪਰ ਚਰਨਜੀਤ ਬਰਾੜ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜਿਹੜੇ 3 MLA ਸੀ ਉਹਨਾਂ ਦੇ ਵਿੱਚੋਂ ਇੱਕ ਤਾਂ ਆਲਰੇਡੀ ਚਲਾ ਗਿਆ, ਇੱਕ ਦੀਆਂ ਚਰਚਾਵਾਂ ਨੇ। ਹੁਣ ਦੂਜੇ ਪਾਸੇ ਝੂੰਦਾ ਕਮੇਟੀ ਦਾ ਜ਼ਿਕਰ ਕਰਦੇ ਨੇ, ਝੂੰਦਾ ਕਮੇਟੀ ਦੇ ਵਿੱਚ 13 ਮੈਂਬਰ ਸੀਗੇ, 13 ਦੇ ਵਿੱਚੋਂ 6 ਪਾਰਟੀ ਛੱਡ ਕੇ ਜਾ ਚੁੱਕੇ ਨੇ, ਬਚਿਆ ਕੀ? ਚਰਨਜੀਤ ਬਰਾੜ ਦਾ ਫਿਕਰ ਵਾਜਬ ਵੀ ਹੈ, ਜਾਇਜ਼ ਵੀ ਹੈ, ਕਿਉਂਕਿ ਹੌਲੀ ਹੌਲੀ ਕਰਦਿਆਂ ਜਿਹੜਾ ਮੇਨ ਕਾਡਰ ਸੀ, ਜਿਹੜਾ ਕਾਰਜਸ਼ੀਲ ਕੰਮ ਕਰਨ ਵਾਲਾ ਕਾਡਰ ਸੀ, ਜਿਹੜਾ ਜਿੱਤ ਦਿਵਾਉਣ ਵਾਲਾ ਕਾਡਰ ਸੀ, ਉਹ ਅਲੈਦਾ ਹੋਈ ਜਾ ਰਿਹਾ। ਪਿੱਛੇ ਬਚਦੇ ਨੇ ਉਹ ਲੀਡਰ ਜਿਹੜੇ ਇਲੈਕਸ਼ਨਸ 'ਚ ਖੜ ਕੇ ਵੀ ਚੋਣ ਜਿੱਤ ਨਹੀਂ ਸਕੇ, ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੇ ਲੀਡਰ ਨੇ ਉਹ ਜਾਂ ਤਾਂ ਜ਼ਮਾਨਤਾਂ ਜ਼ਬਤ ਕਰਾਈ ਬੈਠੇ ਨੇ ਅਤੇ ਜਾਂ ਫਿਰ ਉਹ ਚੋਣ 'ਚ ਉਤਰਨ ਤੋਂ ਹੀ ਇਨਕਾਰੀ ਹੋ ਗਏ। ਸਵਾਲ ਤਾਂ ਇਹ ਖੜਦੇ ਨੇ ਕਿ ਜਿਹੜੇ ਜਿੱਤਣ ਵਾਲੇ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਕਿਉਂ ਨਹੀਂ ਸਾਂਭਦੇ ਪਏ, ਉਹਨਾਂ ਨੂੰ ਕਿਉਂ ਨਹੀਂ ਸਾਂਭਿਆ ਜਾ ਰਿਹਾ, ਉਹਨਾਂ ਨੂੰ ਆਸ਼ਵਾਸਨ ਕਿਉਂ ਨਹੀਂ ਦਵਾਇਆ ਜਾ ਰਿਹਾ ਕਿ ਪਾਰਟੀ ਚੜ੍ਹਦੀ ਕਲਾ 'ਚ ਪਹੁੰਚੇਗੀ? ਔਰ ਉਹਨਾਂ ਤੋਂ ਪਹਿਲਾਂ ਆਪਣੇ ਆਪ ਨੂੰ ਜਾਂ ਕੌਮ ਨੂੰ ਵੀ ਆਸ਼ਵਾਸਨ ਕਿਉਂ ਨਹੀਂ ਦਵਾਇਆ ਜਾ ਰਿਹਾ ਕਿ ਪਾਰਟੀ ਚੜ੍ਹਦੀ ਕਲਾ 'ਚ ਪਹੁੰਚੇਗੀ? ਚਰਨਜੀਤ ਬਰਾੜ ਦਾ ਸਿੱਧਾ ਤੰਜ ਹੈ ਕਿ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਪਾਰਟੀ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ। ਹੁਣ ਵੱਡੀ ਗੱਲ 'ਤੇ ਆਉਂਦੇ ਹਾਂ। ਚਰਨਜੀਤ ਬਰਾੜ ਨੇ ਵੱਡਾ ਖੁਲਾਸਾ ਕੀਤਾ, ਬੰਗਾ ਤੋਂ ਵਿਧਾਇਕ ਨੇ ਆਖਿਰਕਾਰ ਕਿਉਂ ਪਾਰਟੀ ਨੂੰ ਛੱਡ ਦਿੱਤਾ, ਆਮ ਆਦਮੀ ਪਾਰਟੀ ਕਿਉਂ ਜੁਆਇਨ ਕਰ ਲਈ। ਕਹਿੰਦੇ ਕਿ ਜਿੰਨੀ ਵਾਰ ਵੀ ਮੌਕਾ ਮਿਲਿਆ ਵਿਧਾਇਕ ਸੁੱਖੀ ਦੇ ਨਾਲ ਮੁਲਾਕਾਤ ਕਰਨ ਦਾ, ਅਤੇ ਉਨੀ ਵਾਰ ਉਹਨਾਂ ਨੇ ਚਰਨਜੀਤ ਬਰਾੜ ਨੂੰ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ 2027 MLA ਦੀ ਕੁਰਸੀ ਉੱਤੇ ਨਜ਼ਰ ਨਹੀਂ ਆ ਰਹੀ। ਉਹ ਦਾਅਵਾ ਕਰਦੇ ਸੀ ਕਿ 2027 ਵਾਲੀਆਂ ਵਿਧਾਇਕ ਦੀਆਂ ਚੋਣਾਂ ਜਿਹੜੀਆਂ ਨੇ ਉਹ ਹਾਰ ਸਕਦੇ ਨੇ, ਉਹਨਾਂ ਨੂੰ ਡਰ ਪੈ ਗਿਆ ਸੀ ਕਿਉਂਕਿ ਬੰਗੇ ਦੇ ਲੋਕ ਜਿਹੜੇ ਨੇ ਉਹ ਸਵਾਲ ਪੁੱਛ ਰਹੇ ਨੇ। ਚਰਨਜੀਤ ਬਰਾੜ ਦਾਅਵਾ ਕਰਦੇ ਨੇ ਕਿ ਬੰਗੇ ਦੇ ਲੋਕ ਜਿਹੜੇ ਨੇ ਉਹ ਅਜੇ ਵੀ ਬਗੈਰ ਕੰਮਾਂ ਦੇ ਬੈਠੇ ਨੇ, ਜਦਕਿ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਸੀ ਔਰ ਉਸੇ ਆਸ਼ਵਾਸਨ ਦੇ ਚੱਲਦੇ 2 ਵਾਰ ਡਾਕਟਰ ਸੁੱਖੀ ਨੂੰ ਉਹਨਾਂ ਲੋਕਾਂ ਨੇ ਜਿੱਤ ਦਵਾਈ ਹੈ, ਪਰ ਅਜੇ 3ਜੀ ਵਾਰ ਜਿੱਤ ਦਵਾਉਣਗੇ ਜਾਂ ਨਹੀਂ ਇਹਦੇ ਉੱਤੇ ਸੰਸੇ ਬਣੇ ਹੋਏ ਸੀ, 3ਜੀ ਵਾਰ ਡਾਕਟਰ ਸੁੱਖੀ ਦੇ ਹੱਕ 'ਚ ਭੁਗਤਣਗੇ ਜਾਂ ਨਹੀਂ ਇਹਦੇ ਉੱਤੇ ਸੰਸੇ ਬਣੇ ਹੋਏ ਸੀ। ਇਸ ਵਾਸਤੇ ਡਾਕਟਰ ਸੁੱਖੀ ਜਿਹੜੇ ਨੇ ਐਤਕੀ ਥੋੜ੍ਹੇ ਡੋਲਦੇ ਨਜ਼ਰ ਆ ਰਹੇ ਸੀ, ਉਸ ਅਵਸਥਾ 'ਚ ਨਜ਼ਰ ਆ ਰਹੇ ਸੀ ਕਿ ਸ਼ਾਇਦ ਇਸ ਵਾਰ ਉਹ ਜਿੱਤ ਹਾਸਲ ਨਾ ਕਰ ਸਕਣ। ਇਹੀ ਕਾਰਨ ਰਿਹਾ ਚਰਨਜੀਤ ਬਰਾੜ ਦਾ ਦਾਅਵਾ ਹੈ ਕਿ ਉਹ ਪਾਰਟੀ ਛੱਡ ਗਏ ਨੇ। ਪਰ ਇਹ ਸਾਰਾ ਕੁਝ ਕਰਨਾ ਕਿਸ ਦੇ ਹੱਥ ਵੱਸ ਸੀ, ਪਾਰਟੀ ਸਟਰੋਂਗ ਹੋਣਾ ਕਿਸ ਦੇ ਹੱਥ ਵੱਸ ਸੀ? ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਗੌਰ ਕਿਉਂ ਨਹੀਂ ਕੀਤੀ? ਕੀ ਸੁਖਬੀਰ ਸਿੰਘ ਬਾਦਲ ਨੂੰ ਸਿਰਫ ਬਠਿੰਡੇ ਦੇ ਨਾਲ ਹੀ ਮਤਲਬ ਹੈ? ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿਤਾ ਦਿੱਤਾ ਤੇ ਗੱਲ ਬਣ ਗਈ? ਸੁਖਬੀਰ ਸਿੰਘ ਬਾਦਲ ਨੂੰ ਬਾਕੀ ਹਲਕਿਆਂ ਨਾਲ ਕੋਈ ਮਤਲਬ ਨਹੀਂ, ਲੋਕ ਸਭਾ ਹਲਕਾ, ਵਿਧਾਨ ਸਭਾ ਹਲਕਾ, ਲੋਕ ਸਭਾ ਹਲਕਿਆਂ ਦੇ ਵਿੱਚ ਸੁਖਬੀਰ ਬਾਦਲ ਦਾ ਸਿਰਫ, ਜਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਇੱਕ MP, ਉਹ ਵੀ ਉਹਨਾਂ ਦੇ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਬਠਿੰਡਾ ਤੋਂ ਜਿੱਤੇ ਨੇ, ਬਾਕੀ ਸਾਰੀਆਂ ਸੀਟਾਂ ਹਾਰੀਆਂ, 10 ਤੋਂ ਤਾਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ 3 MLA ਬਣੇ, 3 MLA, ਇੱਕ ਮਨਪ੍ਰੀਤ ਇਆਲੀ, ਡਾਕਟਰ ਸੁੱਖੀ ਔਰ ਨਾਲ ਗਨੀਵ ਕੌਰ ਮਜੀਠੀਆ, ਇਹ 3 ਹਲਕੇ ਜਿੱਤ ਕੇ ਅਤੇ ਬਾਕੀ ਥਾਵਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਉਹ ਵੀ ਸ਼ਰਮਨਾਕ ਹਾਰ।
ਅਰਸ਼ਦੀਪ ਕਲੇਰ ਦਾਅਵਾ ਕਰਦੇ ਨੇ ਕਿ ਡਾਕਟਰ ਸੁੱਖੀ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਫਿਕਰ ਹੋਣਾ ਚਾਹੀਦਾ ਸੀ। ਨੈਤਿਕਤਾ ਦੇ ਆਧਾਰ ਦੇ ਉੱਤੇ ਉਹ ਕਹਿੰਦੇ ਕਿ ਹੁਣ ਉਹਨਾਂ ਨੂੰ ਲਿਖਤੀ ਤੌਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ। ਪਰ ਦੂਜੇ ਪਾਸੇ ਚਰਨਜੀਤ ਬਰਾੜ ਦਾਅਵਾ ਕਰਦੇ ਨੇ ਕਿ ਜਦੋਂ 2022 ਦੀਆਂ ਚੋਣਾਂ ਹਾਰੇ, ਜਦੋਂ 2024 ਦੀਆਂ ਲੋਕ ਸਭਾ ਚੋਣਾਂ ਹਾਰੇ, 2017 ਦੇ ਵਿੱਚ ਸ਼ਰਮਨਾਕ ਪ੍ਰਦਰਸ਼ਨ ਕੀਤਾ, ਉਸ ਵੇਲੇ ਨੈਤਿਕਤਾ ਦਾ ਪਤਾ ਨਹੀਂ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਇਹ ਸਭ ਕੁਝ ਵੇਖਦਿਆਂ ਹੋਇਆਂ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇ ਸਕਦੇ? ਜੇ ਨੈਤਿਕਤਾ ਬਾਕੀ ਲੀਡਰਾਂ ਨੂੰ ਸਿੱਖਣੀ ਚਾਹੀਦੀ ਹੈ ਤਾਂ ਕੀ ਪ੍ਰਧਾਨ ਨੂੰ ਨੈਤਿਕਤਾ ਨਹੀਂ ਸਿੱਖਣੀ ਚਾਹੀਦੀ? ਜ਼ਾਹਿਰ ਤੌਰ 'ਤੇ ਉਹਨਾਂ ਦੇ ਬਿਆਨ ਸਹੀ ਪ੍ਰਤੀਤ ਹੋ ਰਹੇ ਨੇ, ਜਾਪਣ ਸਹੀ ਲੱਗ ਗਏ ਨੇ, ਪਰ ਗੱਲ ਇੱਥੇ ਖੜਦੀ ਹੈ ਕਿ ਕੀ ਅਕਾਲੀ ਲੀਡਰ ਸਿਰਫ ਬਾਕੀਆਂ ਨੂੰ ਨੈਤਿਕਤਾ ਸਿਖਾਉਣ ਵਾਲੇ ਨੇ ਕਿ ਆਪ ਵੀ ਨੈਤਿਕਤਾ ਜਾਣਦੇ ਨੇ? ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਕੀ ਹਾਲ ਹੋਵੇਗਾ? ਇਹ ਜਿਹੜੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਮੰਨੀ ਜਾਂਦੀ ਹੈ, ਇਤਿਹਾਸਕ ਪਾਰਟੀ ਮੰਨੀ ਜਾਂਦੀ ਹੈ, ਪੰਥ ਦੀ ਇਤਿਹਾਸਕ ਪਾਰਟੀ ਮੰਨੀ ਜਾਂਦੀ ਹੈ, ਇਸ ਦਾ ਕੀ ਹਸ਼ਰ ਹੋਵੇਗਾ? ਉਸ ਦਾ ਇੱਕ ਮੁਜਸਮਾ ਤਾਂ ਹੁਣ ਦੇਖ ਹੀ ਲਿਆ, ਔਰ ਹੌਲੀ ਹੌਲੀ ਕਰਕੇ ਸ਼ਾਇਦ ਇਹ ਲੜੀਆਂ ਹੋਰ ਟੁੱਟਣੀਆਂ ਸ਼ੁਰੂ ਹੋ ਜਾਣ, ਔਰ ਉਸ ਤੋਂ ਬਾਅਦ ਅਕਾਲੀ ਦਲ ਦੇ ਬੋਝੇ ਵਿੱਚ ਹਾਰੇ ਹੋਏ ਲੀਡਰ ਬਚ ਜਾਣ, ਉਹ ਲੀਡਰ ਜਿਹੜੇ ਸਿਰਫ ਕੈਮਰੇ ਅੱਗੇ ਦਾਅਵੇ ਅਤੇ ਵੱਡੇ ਵੱਡੇ ਭਾਸ਼ਣ ਦੇਣ ਜੋਗੇ ਨੇ, ਉਹ ਜਿੱਤ ਜੋਗੇ ਨਹੀਂ, ਔਰ ਉਹੀ ਲੀਡਰ ਅਕਾਲੀ ਦਲ ਦੀ ਝੋਲੀ ਵਿੱਚ ਵਾਰ ਵਾਰ ਹਾਰ ਪਾ ਕੇ ਦੇਣ। ਅਕਾਲੀ ਦਲ ਦਾ ਭਵਿੱਖ ਕੀ ਹੈ ਉਹ ਚਰਨਜੀਤ ਬਰਾੜ ਨੇ ਆਪਣੀ ਇਸ ਇੰਟਰਵਿਊ ਦੇ ਵਿੱਚ ਬਾਖੂਬੀ ਦੱਸ ਦਿੱਤਾ। ਡਾਕਟਰ ਸੁੱਖੀ ਇਸ ਗੱਲ ਤੋਂ ਡਰ ਰਹੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਜਿੱਤ ਮੁਮਕਿਨ ਨਹੀਂ ਹੋਵੇਗੀ। ਬੰਗੇ ਦੇ ਲੋਕ ਜਿਹੜੇ ਨੇ ਉਹ ਖਫਾ ਹੋ ਰਹੇ ਨੇ, ਤੰਗ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਪਰ ਕੀਤਾ ਕੁਝ ਨਹੀਂ ਜਾ ਰਿਹਾ। ਖੈਰ, ਇਹਨਾਂ ਸਮੱਸਿਆਵਾਂ ਤੋਂ ਲੜਦੇ ਹੋਏ ਡਾਕਟਰ ਸੁੱਖੀ ਨੇ ਆਖਿਰਕਾਰ ਕਹਿੰਦੇ ਕਿ ਫੈਸਲਾ ਕਰ ਲਿਆ ਕਿ ਪਾਰਟੀ ਛੱਡ ਦਿੱਤੀ ਜਾਵੇਗੀ, ਔਰ ਇਹੀ ਕਾਰਨ ਦੱਸਿਆ ਗਿਆ ਕਿ ਡਾਕਟਰ ਸੁੱਖੀ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।